ਓਹੋ ਵੇਲਾ ਕਹੋ ਵਲ ਜਾਓ ਜਿਤ ਮੇਰਾ ਮਨ ਜਪੈ ਹਰ ਨਾਓ। ਗੁਰੂ ਪਿਆਰਿਓ, ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ 'ਤੇ ਨਵੇਂ ਆਏ ਨੇ, ਸਾਰਿਆਂ ਦਾ ਧੰਨਵਾਦ ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਗੁਰਮੁਖ ਪਿਆਰਿਓ, ਆਪਾਂ ਅੱਜ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ। ਜਿਹੜੀਆਂ ਬੀਬੀਆਂ ਸਰਾਣੇ ਹੇਠ ਇਹ ਚੀਜ਼ ਰੱਖ ਕੇ ਸੌਂਦੀਆਂ ਨੇ, ਉਹਦਾ ਜਿਹੜਾ ਘਰ ਹੈ ਨਾ, ਉਹ ਖੁਸ਼ੀਆਂ ਨਾਲ ਭਰ ਜਾਂਦਾ, ਬਰਕਤਾਂ ਨਾਲ ਭਰ ਜਾਂਦਾ। ਹੁਣ ਥੋੜ੍ਹੀਆਂ ਜਿਹੀਆਂ ਬੇਨਤੀਆਂ ਆਪਾਂ ਗੁਰਬਾਣੀ ਦੇ ਦਾਇਰੇ ਵਿੱਚ ਰਹਿੰਦੇ ਸਮਝਾਂਗੇ। ਪਾਤਸ਼ਾਹ ਕਿਰਪਾ ਕਰਨ, ਫਤਿਹ ਬੁਲਾਓ, ਆਰੰਭਤਾ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਦੇਖੋ ਆਪਣੇ ਘਰਾਂ ਦੇ ਵਿੱਚ ਦੁਨਿਆਵੀ ਕੰਮ ਕਾਰ ਆਪਾਂ ਕਰਨੇ ਆ ਬੜੇ, ਉਹ ਵੀ ਸਾਡੇ ਜ਼ਰੂਰੀ ਆ, ਕਰਨੇ ਪੈਂਦੇ ਆ। ਪਰ ਗੁਰੂ ਦੇ ਨਾਮ ਨੂੰ ਲੈਣ ਵਾਲਾ ਬੰਦਾ ਵੱਡਾ ਹੈ, ਚਾਹੇ ਉਹ ਕੋਈ ਇਸਤਰੀ ਹੈ ਅਤੇ ਚਾਹੇ ਕੋਈ ਵੀਰ ਹੈ। ਪਾਤਸ਼ਾਹ ਕਹਿੰਦੇ ਜਿੱਤ ਭੇਟੇ ਪਾਰ ਬ੍ਰਹਮ ਨਿਰਯੋਗ। ਜਦੋਂ ਇਹ ਸਾਰੇ ਕੰਮਾਂ ਵਿੱਚੋਂ ਸਮਾਂ ਕੱਢ ਕੇ, ਨਿਰਲੇਪ ਹੋ ਕੇ ਪ੍ਰਭੂ ਜੀ ਮਿਲਦੇ ਨੇ, ਇਨਸਾਨ ਨੂੰ ਉਦੋਂ ਮਿਲਦੇ ਨੇ ਜਦੋਂ ਬੰਦਾ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਪਰਮਾਤਮਾ ਨੂੰ ਸਮਾਂ ਦਿੰਦਾ, ਅਤੇ ਰੱਬ ਵੀ ਇਹ ਸਮਾਂ ਕੱਢ ਕੇ ਆਉਂਦਾ ਆਪਣੇ ਕੰਮਾਂ ਨੂੰ ਛੱਡ ਕੇ ਆਪਣੇ ਭਗਤ ਨੂੰ ਮਿਲਣ ਦੇ ਲਈ। ਇਹ ਗੁਰੂ ਦੀ ਵਡਿਆਈ ਦਾ ਫਲਸਫਾ ਹੈ। ਗੁਰਮੁਖੋ, ਕਈ ਵਾਰੀ ਨਾ ਛੋਟੀਆਂ ਛੋਟੀਆਂ ਚੀਜ਼ਾਂ ਦੇ ਜ਼ਰੀਏ ਸਾਨੂੰ ਰੱਬ ਨਾਲੋਂ ਤੋੜਿਆ ਜਾਂਦਾ। ਕੋਸ਼ਿਸ਼ਾਂ ਹੁੰਦੀਆਂ ਨੇ ਬੜੀਆਂ, ਕੋਸ਼ਿਸ਼ਾਂ ਵੀ ਬੜੀਆਂ ਇਹੋ ਜਿਹੀਆਂ ਅਜੀਬੋ ਗਰੀਬ ਤਰੀਕੇ ਦੀਆਂ ਹੁੰਦੀਆਂ ਨੇ, ਕਿਹੋ ਜਿਹੀਆਂ ਹੁੰਦੀਆਂ ਨੇ। ਆਪਣੇ ਸਰਹਾਣੇ ਥੱਲੇ ਕਹਿੰਦੇ ਜੀ ਗਿੱਦੜ ਸਿੰਗੀ ਰੱਖ ਕੇ ਸੌਂਵੋ, ਆਪਣੇ ਸਰਹਾਣੇ ਕਹਿੰਦੇ ਰਾਤ ਨੂੰ ਪਾਣੀ ਛੱਡ ਕੇ ਸੌਂਵੋ, ਰੱਖ ਕੇ ਅਤੇ ਤੜਕੇ ਉੱਠ ਕੇ ਉਹ ਪਾਣੀ ਪੀ ਲਓ, ਫਿਰ ਉਹਦੇ ਨਾਲ ਕਿਰਪਾ ਹੁੰਦੀ ਹੈ। ਪਾਣੀ ਉਂਝ ਰੱਖਣਾ ਠੀਕ ਹੈ, ਪਰ ਇਹ ਸਮਝ ਕੇ ਰੱਖਣਾ ਕਿ ਪਾਣੀ ਤੋਂ ਕਿਰਪਾ ਹੋਊਗੀ ਇਕੱਲੇ ਤੋਂ, ਫਿਰ ਇਹ ਮੂਰਖ ਮਤੀ। ਗੁਰੂ ਦੀ ਬਾਣੀ ਨੂੰ, ਗੁਰੂ ਦੇ ਸ਼ਬਦ ਨੂੰ ਪੜ੍ਹਿਆ ਅਤੇ ਕਿਰਪਾ ਹੁੰਦੀ ਹੈ। ਗੁਰਮੁਖੋ, ਇਹ ਸੱਚਾਈ ਹੈ, ਪਰ ਇਹ ਛੋਟੀਆਂ ਛੋਟੀਆਂ ਗੱਲਾਂ ਸੋਚੀਆਂ ਸਮਝੀਆਂ ਹੋਈਆਂ ਨੇ ਕਿ ਇਹ ਲੋਕ ਗੁਰੂ ਨਾਲ ਨਾ ਜੁੜ ਪੈਣ, ਇਹ ਲੋਕ ਗੁਰੂ ਦੀ ਬਾਣੀ ਨੂੰ ਨਾ ਪੜ੍ਹ ਲੈਣ, ਇਹ ਲੋਕ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਅਤੇ ਰਹਿਮਤ ਨਾਲ ਨਾ ਜੁੜ ਜਾਣ, ਇਹ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੁਰਬਾਣੀ ਤੋਂ ਦੂਰ ਹੋ ਜਾਣ, ਇਹ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਿੱਖਿਆ ਤੋਂ ਦੂਰ ਹੋ ਜਾਣ, ਇਹ ਸੋਚੀਆਂ ਅਤੇ ਸਮਝੀਆਂ ਹੋਈਆਂ ਸਾਜ਼ਿਸ਼ਾਂ ਨੇ। ਇਹ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਤਹਿਤ ਗੁਰਮੁਖੋ ਇਹ ਕਾਰਜ ਅਰੰਭੇ ਗਏ ਅਤੇ ਵਿੱਢੇ ਗਏ। ਇਹ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਤਹਿਤ, ਕਿਉਂਕਿ ਪੁਜ਼ਾਰੀ ਨੇ, ਪਖੰਡੀ ਬੰਦਿਆਂ ਨੇ ਇਹ ਇਸ ਕਰ ਢੰਗ ਬਣਾਏ ਕਿਉਂਕਿ ਇਹ ਲੋਕ ਜਿਹੜੇ ਆ ਗੁਰੂ ਦੇ ਮਾਰਗ 'ਤੇ ਨਾ ਤੁਰ ਪੈਣ, ਇਹ ਲੋਕ ਗੁਰੂ ਦੀ ਸਿੱਖਿਆ ਤੋਂ ਦੂਰ ਹੀ ਰਹਿਣ, ਇਹ ਲੋਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਤੋਂ ਦੂਰ ਰਹਿਣ। ਗੁਰਮੁਖੋ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਗ੍ਰੰਥ, ਇੱਕ ਸਹਿਤ ਤਿਆਰ ਕੀਤਾ। ਇਹ ਗੁਰਬਾਣੀ ਨੂੰ ਪੜ੍ਹਨ ਦੇ ਲਈ ਹਰ ਇੱਕ ਨੂੰ ਪ੍ਰੇਰਿਆ ਕਿ ਭਾਈ ਗੁਰਬਾਣੀ ਦਾ ਪਾਠ ਕਰੋ, ਸ਼ਬਦ ਦਾ ਪਾਠ ਕਰੋ, ਇਹ ਸ਼ਬਦ ਨੂੰ ਧੁਰ ਹਿਰਦੇ ਤੱਕ ਲੈ ਕੇ ਜਾਓ, ਨਿਰੋਲ ਸਿੱਖਿਆ ਨੂੰ ਪ੍ਰਾਪਤ ਕਰੋ। ਉਦੋਂ ਵੀ ਵਿਰੋਧ ਤਾਂ ਹੋਈ, ਪਰ ਉਹ ਸਮੇਂ ਪਾ ਕੇ ਸਮੇਂ ਦੇ ਨਾਲ ਨਾਲ ਸਮਾਂ ਚੱਲਿਆ ਅਤੇ ਗੁਰਮੁਖੋ ਵਿਰੋਧ ਤਾਂ ਕੁਝ ਅੰਦਰ ਖਾਤੇ ਹੁੰਦੀ ਗਈ। ਉਹਨਾਂ ਨੇ ਸੋਚਿਆ ਵੀ ਇੱਧਰ ਜੇ ਜ਼ੋਰ ਨਹੀਂ ਚੱਲਦਾ ਤਾਂ ਲੋਕਾਂ ਦੀ ਚਲਾ ਲਓ ਅਤੇ ਲੋਕਾਂ ਨੂੰ ਇਹੋ ਜਿਹੇ ਵਹਿਮਾਂ ਵਿੱਚ ਪਾ ਦਿਓ, ਇਹੋ ਜਿਹੀ ਸਿੱਖਿਆ, ਇਹੋ ਜਿਹੇ ਪਖੰਡਾਂ ਵਿੱਚ ਪਾ ਦਿਓ ਕਿ ਇਹਨਾਂ ਦਾ ਗੁਰਬਾਣੀ ਤੋਂ ਵਿਸ਼ਵਾਸ ਹੀ ਨਿਕਲ ਜਾਏ, ਇਹਨਾਂ ਲੋਕਾਂ ਦਾ ਵਿਸ਼ਵਾਸ ਹੀ ਥੜਕ ਜਾਏ, ਇਹਨਾਂ ਲੋਕਾਂ ਦਾ ਵਿਸ਼ਵਾਸ ਹੀ ਟੁੱਟ ਜਾਏ, ਇਹਨਾਂ ਲੋਕਾਂ ਦਾ ਵਿਸ਼ਵਾਸ ਗੁਰੂ ਦੀ ਬਾਣੀ ਤੋਂ ਦੂਰ ਹੋ ਜਾਏ, ਤਾਂ ਕਿ ਇਹ ਲੋਕ ਮੁੜ ਕੇ ਸਿਰ ਹੀ ਨਾ ਚੱਕਣ, ਇਹ ਲੋਕ ਮੁੜ ਕੇ ਗੁਰਬਾਣੀ ਤੋਂ ਦੂਰ ਹੋ ਜਾਣ, ਇਹ ਲੋਕ ਗੁਰੂ ਦੀ ਸਿੱਖਿਆ ਤੋਂ ਹੀ ਦੂਰ ਹੋ ਜਾਣ, ਗੁਰਬਾਣੀ ਦਾ ਪਾਠ ਇਹਨਾਂ ਨੂੰ ਬੁਰਾ ਲੱਗੇ, ਮਾੜਾ ਲੱਗੇ, ਗੁਰੂ ਘਰ ਜਾਣਾ ਵੀ ਮਾੜਾ ਲੱਗੇ। ਅੱਜ ਮੈਨੂੰ ਮਾੜੇ ਤੋਂ ਗੱਲ ਯਾਦ ਆ ਗਈ,
गुरु ग्रंथ साहिब पातशाह की बाणी अज बुरी लग रही है। गुरु ग्रंथ साहिब पातशाह दियां हुंदियां हुंदियां ये व्यदवियां अज पंजाब की धरती ते इस गल का सबूत ने। मैं थोड़ी जी बेनती करूँगा, संगरूर के जौलियां पिंड दे विच गुरु ग्रंथ साहिब पातशाह की व्यदवी हुंदी है। बाद विच ओ जिहड़ी औरत ने व्यदवी कीती उहदे बयान तुसीं भी शायद सुने होणगे, नहीं सुने तो हुण सुणियो। कहिंदी जी मैनू अरदासां करदी नूं समां हो गया जी, मैनू गुस्सा आया जी गुरु ग्रंथ साहिब ते, मैं गुरु दे अंग पाड़ दित्ते, अग भी ला दित्ती, सरूप जल गया, सरूप अगन भेट भी होया। एक नौजवान आउंदा है, वह बेअदबी करन दी मनशा नाल आया ते बेअदबी कर दित्ती, गुरु ग्रंथ साहिब दी अंग पाड़ दित्ते। गुरमुख प्यारिओ, गुरु ग्रंथ साहिब पातशाह दे अंग पाड़े, हुण याद रखियो मैं इत्थे ध्यान दवा रहा, क्योंकि गुरु तो दूर हो गए, गुरु तो दूर हो गए। देखो गुरु ग्रंथ साहिब जिहड़े पातशाह दा सत्कार करना चाहिए, वह गुरु ग्रंथ दे असी बेअदबी करन दे लई हथ भी चुक लए, हथ भी साढ़े तैयार हो गए, ये गुरु तो दूर होने दी निशानियां ने। पंजाब दे विच गुरु ग्रंथ साहिब पातशाह दीआं वधदीआं बेअदबियां भी किते ना किते इस गल दा सबूत ने, गुरु तो दूर हो गए। हर एक गल बीबियां भैणां नूं ही क्यों टारगेट करके कीती जांदी है, क्योंकि उन्हां नूं पता है कि यह छेती वहम विच आ जांदियां ने। घरे बाबे हुंदे ना मंगण, हाँ हाँ भैणे तेरे ते मत्थे विच ये लकीरां दस रहीआं ने कि तू सब दा कर दी है, तेरा कोई नहीं करदा। जदी बीबी हथ हिला दी है भी हाँ जी बाबा जी मेरे नाल इदां ही हुंदा, तेरे नाल धोखे ही हुंदे आए ने, उह कहिंदी हाँ जी हुंदे, कोई कदा ते हर एक नाल होया ही हुंदा, तेरे कर्मां विच सुख ही नहीं लिखे, उह कहिंदी हाँ जी मेरे नाल इदां ही हुंदा। हुण दुख ते माड़ा मोटा किसे नूं हुंदा ही है। ये चीज़ां लोकां ने सोचियां समझियां होईआं ने, ये साडियां वीक पॉइंट्स ने, जिहड़े वीक पॉइंट्स उन्हां नूं नोट कीता होया वी लोक कित्थों काबू बचाउणगे, इन्हां लोकां दा गुट कित्थों फड़िया जाऊगा, ये लोक इत्थों चकदे ने सानूं, असीं फिर भुल जांदे, असीं कहिंदे वी चलो कोई गल नहीं जी, इदां की हुंदा जी, इदां मैं नहीं मंनदा जी। मैं कहिंदा वी मंग के खाणा ते खाओ, बिल्कुल खाओ, पर लोकां नूं वहम भरम विच पखंड विच पा के लुटना भी तो एक अपराध है ना। जे लुटना अपराध है तो अपने आप नूं लुटाउणा भी अपराध है, ये भी याद रखियो, अपने आप नूं लुटाउणा भी अपराध है। जिहड़े सच्चे हुंदे ने ना, वह दर ते आए नूं प्रशादा छकाउंदे ने, चाह पानी छकाउंदे ने, ते उहदे तों फालतू दा ज्ञान नहीं लैंदे ने, उह कहिंदे ने भी उह पिया मार्ग अगे वध गया, मैनूं किहे जी गल ना दसी, मैनूं इहो जी कोई गल नवारे ना नॉलेज नहीं। गुरमुखो, बीबियां भैणां बहुते पखंड करन नूं तैयार हो जांदियां ने, पर गुरु दी बाणी नूं पढ़न वेले जे कह दीए गुरु ग्रंथ साहिब पातशाह दी गुरबाणी दा नितनेम करन लई, जां फिर गुरु घर जाके सेवा करन लई, जां फिर गुरु घर दे विच जाके बैठ के सिमरन करन लई, उदों तैयार नहीं होंदियां। बहुतियां बीबियां दा इह हाल है, जे कह दो ना भी फलानी जगह जाके तूं पिप्पल दीआं जड़ां च कच्ची लस्सी पा के आया, तां उह कहिंदा उदों तैयार है, हाँ जी इह कम सौखा है जी, घरे बैठ के एक जपजी का पाठ करना औखा लगता है। ये स्थिति है, ये अज की बयानबाजी है, ये अज की गलबात है, ये चीज़ा इस करके सानू मुश्किल जापदियां ने। फिर गुरु की बाणी का सानू बोध ज्ञान भी कितों हो गए। सतगुरु कहिंदे ने ओह वेला कौ हों बल जाओ, जित मेरा मन जपै हर नाओ। पातशाह कहिंदे जिस वेले मैं कुरबान जाना, जदों कोई गुरबाणी पढ़दा गुरु का नाम लैंदा वह वेले तो भी कुरबान जाना, कहिंदे जिस वेले मेरा मन परमात्मा का नाम जपदा, गुरमुखो होर की मंगदे आ, होर की चाहिए। सतगुरु ने इन्नी गल कहती, एक बारी इस मार्ग से तुर के वेखो, आ वहम भरम पखंड करके कुछ नहीं प्राप्त हुंदा, एक गुरु का नाम लैके जरूर सब कुछ प्राप्त होगा, करके वेखो। मेरा सतगुर नानक चैनल सबसक्राइब कर लियो, वीडियो नू शेयर करियो, लाइक कमेंट भी जरूर करियो, सार संगत बेनतियां करो प्रवान, बुलाओ फतेह आखो जी, वाहिगुरु जी का खालसा वाहिगुरु जी की फतेह।